ਅਸਲਾਮੁਅਲੈਕਮ ਵਰਹਮਤੁਲਲਾਹਿ ਵਬਰਕਾਤੋ तमाम ਦੋਸਤਾਂ ਨੂੰ ਫਾਰਮਰ ਗਾਈਡ YouTube ਚੈਨਲ ਵਿੱਚ ਖੁਸ਼ ਆਮਦੀਦ ਔਰ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਜਿਵੇਂ ਕਿ ਤੁਸੀਂ ਫਸਲ ਦੇਖ ਰਹੇ ਹੋ ਕਿ ਫਸਲ ਬਿਲਕੁਲ ਹੁਣ ਸਿੱਟਾ ਕੱਢ ਰਹੀ ਹੈ ਔਰ ਗੁੱਲੀ ਬਣਾ ਰਹੀ ਹੈ ਗੁੱਲੀ ਕੱਢ ਰਹੀ ਹੈ ਔਰ ਤੁਕਲਾ ਬਣ ਰਹੀ ਹੈ ਹੁਣ ਫਸਲ ਐਸ ਕੰਡੀਸ਼ਨ ਤੇ ਆ ਚੁੱਕੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹ ਗੁੱਲੀ ਨਿਕਲ ਰਹੀ ਹੈ ਇੱਕ ਐ ਗੁੱਲੀ ਇੱਕ ਐ ਨਿਕਲ ਰਹੀ ਹੈ। ਔਰ ਉਤੋਂ ਇਹ ਇਹ ਬਿਲਕੁਲ ਇਹਦਾ ਫਲੈਜ ਲੀਫ ਹੈ। ਇਹਦੇ ਵਿੱਚੋਂ ਹੁਣ ਐ ਸਿੱਟਾ ਨਿਕਲ ਰਹੀ ਹੈ। ਠੀਕ ਹੋ ਗਿਆ ਜੀ। ਲਿਆਜ਼ਾ ਹੁਣ ਟੁਕਲਾ ਬਣਨਾ ਔਰ ਗੁੱਲੀ ਬਣਨੀ ਸ਼ੁਰੂ ਹੋ ਗਈ ਹੈ। ਤੇ ਆਪਾਂ ਨੂੰ ਹੁਣ ਇੱਥੇ ਇਹਦਾ ਹੀ ਬਹੁਤ ਕੇਅਰ ਕਰਨੀ ਪੈਣੀ ਹੈ। ਇੱਥੇ ਆਪਾਂ ਨੂੰ ਪਾਣੀ ਦਾ ਵੀ ਤਾਂ ਖਿਆਲ ਰੱਖਣਾ ਪੈਣਾ ਹੈ ਕਿ ਇਹਨੂੰ ਸੋਕਾ ਨਾ ਆਵੇ ਔਰ ਇੱਥੇ ਕੀ ਚੀਜ਼ ਦੇਣੀ ਹੈ? ਜਿਹੜੀ ਟੈਂਪਰੇਚਰ ਨੂੰ ਵੀ ਮੇਨਟੇਨ ਰੱਖੇਗੀ ਔਰ ਦਾਣੇ ਦਾ ਸਾਈਜ਼ ਮੋਟਾ ਵੀ ਹੋਵੇ ਔਰ ਛੱਲੀ ਦਾਣੇ ਨਾਲ ਬਰੀ ਹੋਵੇ ਤੇ ਦੋਸਤੋ ਪਹਿਲੀ ਗੱਲ ਤੇ ਕਿ ਇਹਨੂੰ ਬਿਲਕੁਲ ਇਸ ਪੋਜੀਸ਼ਨ ਤੇ ਆ ਕੇ ਸੋਕਾ ਨਹੀਂ ਆਉਣ ਦੇਣਾ ਪਾਣੀ ਜਿਹੜਾ ਤਕਰੀਬਨ ਆਪਣੀ ਜ਼ਮੀਨ ਨੂੰ ਵੇਖਦੇ ਹੋયા 5 ਦਿਨ ਬਾਅਦ 8 ਦਿਨ ਬਾਅਦ ਲਗਾਈ ਰੱਖਣਾ ਔਰ ਬੱਤਰ ਯਾਨੀ ਕਿ ਖੁਸ਼ਕ ਨਾ ਹੋਵੇ ਸਾਰਵਤਰ ਹਾਲਤ ਵਿੱਚ ਹੀ ਪਾਣੀ ਲਗਾਈ ਰੱਖਣਾ ਔਰ ਇਸ ਜਗ੍ਹਾ ਤੇ ਆਪਾਂ ਖੁਰਾਕ ਦੇਣੀ ਹੈ ਜੀ ਪੋਟਾਸ਼ ਇਥੇ ਤੁਹਾਨੂੰ ਦਿਖਾਣਾ ਜੀ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਵੀ ਗੁਲੀਆਂ ਨਿਕਲੀਆਂ ਆਂਦੀਆਂ ਨੇ ਤੇ ਟੁਕਲਾ ਬਣ ਰਿਹਾ ਔਰ ਉਤੋਂ ਇਹਦਾ ਸਿੱਟਾ ਨਿਕਲ ਆਂਦਾ ਹੈ ਤੇ ਇਥੇ ਨੂੰ ਹੁਣ ਮਜ਼ੀਦ ਖੁਰਾਕ ਦੀ ਜ਼ਰੂਰਤ ਹੈ ਕਿ ਟੁਕਲਾ ਚੰਗਾ ਬਣੇ ਔਰ ਛੱਲੀ ਜਿਹੜੀ ਹੈ ਤਾਕਤਵਾਰ ਅੱਛੀ ਮੋਟੀ ਪੈਦਾ ਹੋਵੇ ਔਰ ਦਾਣਿਆਂ ਦੀ ਭਰੀ ਹੋਈ ਔਰ ਮੋਟੀ ਹੋਵੇ ਸੈਜ਼ਦਾਨੇ ਦਾ ਅੱਛਾ ਬਣੇ ਔਰ ਖੂਬਸੂਰਤ ਬਣੇ ਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਐਸੀ ਜਨਾਬ ਲਗਾ ਰਹੇ ਹਾਂ ਜੀ ਇੱਕ ਬੈਗ ਹੈ ਜੀ 25 ਕਿਲੋ ਦਾ ਔਰ ਹੈ ਇਹ ਹੈ ਜੀ ਪੋਟਾਸ਼ੀਅਮ ਸਲਫੇਟ ਪੋਟਾਸ਼ੀਅਮ ਸਲਫੇਟ ਔਰ ਦੁਬਈ ਤੋਂ ਇੰਪੋਰਟ ਕੀਤੀ ਹੋਈ ਹੈ ਯਾਨੀ ਕਿ ਇੰਪੋਰਟਡ ਪੋਟਾਸ਼ ਹੈ 25 ਏਕੜ ਦਾ ਬੈਗ ਹੈ ਔਰ 3 ਏਕੜ ਨੂੰ ਇੱਕ ਬੈਗ ਲਗਾ ਰਹੇ ਹਾਂ ਨਾਲ ਪਰ ਏਕੜ ਇੱਕ ਬੋਰੀ ਯੂਰੀਆ ਲਗਾ ਰਹੇ ਹਾਂ ਕਿਉਂਕਿ ਨਾਈਟ੍ਰੋਜਨ ਦੀ ਜ਼ਰੂਰਤ ਹੈ ਇੱਥੇ ਮੱਕੀ ਨੂੰ ਔਰ ਇਹਦੇ ਨਾਲ ਜਿਹੜਾ ਇਹ ਪੋਟਾਸ਼ ਹੈ ਪੋਟਾਸ਼ ਇੱਥੇ ਕੰਮ ਕਰੇਗੀ ਜਿਹੜਾ ਪੌਦੇ ਦਾ ਟੈਂਪਰੇਚਰ ਹੈ ਉਹਨੂੰ ਮੇਨਟੇਨ ਰੱਖੇਗੀ ਔਰ ਜਿੰਦੇ ਨਾਲ ਛੱਲੀ ਦਾਣਿਆਂ ਨਾਲ ਭਰੀ ਹੋਵੇਗੀ ਔਰ ਟੁਕਲਾ ਮਜ਼ਬੂਤ ਹੋਵੇਗਾ ਟੁਕਲਾ ਮਜ਼ਬੂਤ ਹੋਵੇਗਾ ਤੇ ਦਾਣੇ ਜ਼ਿਆਦਾ ਬਣਨਗੇ ਦਾਣਿਆਂ ਨਾਲ ਛੱਲੀ ਭਰੀ ਹੋਵੇਗੀ ਦਾਣੇ ਮਜ਼ਬੂਤ ਔਰ ਸ਼ਾਨਦਾਰ ਔਰ ਵਜ਼ਨ ਵਾਲੇ ਪੈਦਾ ਹੋਣਗੇ ਲਿਆਦਾ ਦੋਸਤੋ ਜਿਨ੍ਹਾਂ ਦੋਸਤਾਂ ਦੀ ਮੱਕੀ ਗੁੱਲੀ ਤੇ ਆਈ ਖੜੀ ਹੈ ਗੁੱਲੀ ਕੱਢ ਰਹੀ ਹੈ ਸਿੱਟਾ ਕੱਢ ਰਹੀ ਹੈ ਉਹਨਾਂ ਦੋਸਤਾਂ ਨੂੰ ਇਹ ਪੋਟਾਸ਼ ਜ਼ਰੂਰ ਲਗਾਉਣੀ ਚਾਹੀਦੀ ਹੈ ਬੜੀ ਅੱਛੀ ਚੀਜ਼ ਹੈ ਇਹਦੇ ਬੜੇ ਰਿਜ਼ਲਟ ਨੇ ਇਸ ਕੰਡੀਸ਼ਨ ਤੇ ਜਦੋਂ ਮੱਕੀ ਪਹੁੰਚ ਆਂਦੀ ਹੈ ਤੇ ਆਪਾਂ ਨੂੰ ਇਹਦਾ ਬਿਲਕੁਲ ਖਿਆਲ ਕਰਨਾ ਚਾਹੀਦਾ ਹੈ ਕਿ ਕਿਉਂਕਿ ਇਹ ਸਟੇਜ ਜਿਹੜੀ ਹੈ ਇਹ ਬੜੀ ਅਹਿਮ ਹੈ ਜਿੰਦੇ ਤੋਂ ਆਪਾਂ ਇਹਨਾਂ ਚੀਜ਼ ਇਹ ਚੀਜ਼ਾਂ ਇਹਨੂੰ ਦੇ ਕੇ ਤਾਂ ਆਪਾਂ ਮਜ਼ੀਦ ਅੱਛੀ ਪੈਦਾਵਾਰ ਹਾਸਲ ਕਰ ਸਕਨੇ ਆ ਮੱਕੀ ਤੋਂ ਤੇ ਇਸ ਵੀਡੀਓ ਨਾਲ ਮੈਨੂੰ ਇਜਾਜ਼ਤ ਦਿਓ ਵੀਡੀਓ ਕੈਸੀ ਲੱਗੀ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਦੱਸਣਾ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਨਾਲ ਮਿਲਾਂਗੇ ਜਨਾਬ ਰੱਬ ਰਾਖਾ